ਜਦੋਂ ਪਹੁੰਚਦੇ ਹੋ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾਂਦਾ ਆ ਕਿਵੇਂ ਦਾ ਮਹਿਸੂਸ ਹੁੰਦਾ ਇੱਥੇ ਪਹੁੰਚ ਕੇ ਮੈਂ ਕਰਕੇ ਜੋ ਸਾਨੂੰ ਪਿਆਰ ਮਿਲ ਰਿਹਾ ਆ ਆਈ ਥਿੰਕ ਅਸੀਂ ਬਹੁਤ ਜ਼ਿਆਦਾ ਥੈਂਕਫੁਲ ਆ ਰੱਬ ਦੇ ਤੇ ਜਿੱਦਾਂ ਮੇਰੇ ਕੋ ਬੀਜੀ ਆਉਂਦੇ ਆ ਹੋਰ ਸਾਰੇ ਜਣਿਆਂ ਨੂੰ ਮਿਲੀ ਇਹਨਾਂ ਦੇ ਟੀਮ ਮੈਂਬਰਸ ਨੂੰ ਮਿਲੀਆਂ ਤੇ ਅਨ ਕੰਡੀਸ਼ਨਲ ਪਿਆਰ ਮਿਲ ਆਈ ਥਿੰਕ ਕੋਈ ਚੀਜ਼ ਮੈਚ ਨਹੀਂ ਕਰ ਸਕਦੀ ਉਸ ਚੀਜ਼ ਨਾਲ ਕੋਈ 5 ਦਿਨ ਨਹੀਂ ਬਹਿ ਸਕਦਾ 1-2 ਦਿਨ ਨਹੀਂ ਬਹਿ ਸਕਦਾ ਤੇ ਸਾਲ ਦੇ ਬੈਠੇ ਆ ਸਟਿਲ ਉਸ ਜਜ਼ਬੇ ਨਾਲ ਕਿ ਹਾਲੇ ਵੀ ਉੱਠਣ ਨੂੰ ਤਿਆਰ ਨਹੀਂ ਆ ਦੇ ਹੋਂਤਾ ਅਦੋਲਨ ਜਿੱਤ ਗਿਆ ਘਰਾਂ ਨੂੰ ਚਲੀਏ ਵਾਪਸ ਤਾਂ ਕੀ ਰਿਐਕਸ਼ਨ ਹੁੰਦਾ ਉਹਨਾਂ ਦਾ ਕਿਉਂਕਿ ਪਿੰਡ ਕੈਲੀਫੋਰਨੀਆ ਵਸ ਗਿਆ ਕਿਉਂਕਿ ਯੂਐਸਏ ਤੋਂ ਘੱਟ ਤਾਂ ਇਹ ਵੀ ਨਹੀਂ ਲੱਗ ਰਿਹਾ ਪੰਜਾਬ ਨੇ ਬਹੁਤ ਕੁਝ ਖੋਇਆ ਚਾਹੇ ਆਪਾਂ ਅਦੋਲਨ ਦੇ ਵਿੱਚ ਸ਼ਹੀਦਤਾਂ ਦੀ ਗੱਲ ਕਰ ਲਈ ਜਾਂ ਹੋਰ ਵੀ ਕਈ ਆਰਥਿਕ ਪੱਖੋਂ ਵੀ ਪਰ ਕਿੰਨੇ ਕਿੰਨੇ ਕੋਈ ਕਮੀ ਲੱਗ ਰਹੀ ਹੈ ਕਿ ਬੱਚੀ ਨੇ ਆਪਣੇ ਬਾਪ ਦਾ ਪਿਆਰ ਖੋਇਆ ਬਾਹਰ ਦੇ ਸਿਸਟਮ ਨੂੰ ਦੇਖ ਕੇ ਲੋਕ ਬਾਹਰ ਭੱਜਦੇ ਨੇ ਪਰ ਇੱਥੇ ਕੋਈ ਸਵਾਦ ਨਾਲ ਨਹੀਂ ਚਾਹੁੰਦਾ ਹਰ ਜਗ੍ਹਾ ਜੰਨਤ ਬਣਾਈ ਜਾ ਸਕਦੀ ਆ ਬਸ ਤੁਹਾਡੇ ਕੋਲ ਦਿਲ ਚ ਜਜ਼ਬਾ ਹੋਣਾ ਚਾਹੀਦਾ ਆ ਫੈਸ਼ਨ ਹੋਣਾ ਚਾਹੀਦਾ ਆ ਸਚੀ ਕਾ ਜੀ ਰੋਜ਼ਾਨਾ ਬੁਕਸਮੈਨ ਦੇਖਦੇ तमाम ਦਰਸ਼ਕਾਂ ਦਾ ਮੈਂ ਹਰਜੀਤ ਦਾ ਸਵਾਗਤ ਕਰਦੀ ਆ ਦਸ਼ਕੋ ਇੱਕ ਸਾਲ ਕਿਸਾਨੀ ਅਧੋਲਨ ਹੋ ਗਿਆ ਤਾਂ ਆਖਿਰਕਾਰ ਕਿਸਾਨਾਂ ਦੀ ਜਿੱਤ ਹੋਈਆ ਪਰ ਕਿਸਾਨੀ ਅਧੋਲਨ ਦੇ ਵਿੱਚ ਸਹਿਯੋਗ ਪਾਉਣ ਵਾਲਿਆਂ ਦੀ ਵੀ ਬਹੁਤ ਹੀ ਗਿਣਤੀ ਹੈਗੀਆ ਹਰ ਇੱਕ ਨੇ ਇਸ ਕਿਸਾਨੀ ਅਧੋਲਨ ਦੇ ਵਿੱਚ ਯੋਗਦਾਨ ਪਾਇਆ ਤਾਂ ਉਸ ਯੋਗਦਾਨ ਨੂੰ ਯਾਦ ਵੀ ਰੱਖਿਆ ਜਾਊਗਾ ਚਾਹੇ ਕਿਸੇ ਨੇ ਤਿੰਨਕਾ ਯੋਗਦਾਨ ਵੀ ਇਸ ਕਿਸਾਨੀ ਅਧੋਲਨ ਚ ਪਾਇਆ ਪਰ ਤੁਸੀਂ ਦੇਖ ਸਕਦੇ ਹੋ ਜਦੋਂ ਡਾਕਟਰ ਸੁਵਮਾਨ ਜੀ ਦੀ ਗੱਲ ਕਰਦੇ ਜਿਹੜੇ ਕੀ ਕੈਲੀਫੋਰਨੀਆ ਦੇ ਰਹਿਣ ਵਾਲੇ ਨੇ ਯੂਐਸਏ ਤੋਂ ਆਉਂਦੇ ਨੇ ਤੇ ਇੱਥੇ ਪਿੰਡ ਕੈਲੀਫੋਰਨੀਆ ਵਸਾ ਦਿੰਦੇ ਨੇ ਅਕਸਰ ਉਹਨਾਂ ਦੇ ਰੂਬਰੂ ਕਰਦੇ ਰਹਿੰਦੇ ਆ ਪਰ ਅੱਜ ਉਹਨਾਂ ਦੀ ਧਰਮ ਪਤਨੀ ਸਾਡੇ ਨਾਲ ਮੌਜੂਦ ਹੈ ਇੱਥੇ ਪਹੁੰਚੀ ਹੈ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਜਦੋਂ ਪਹੁੰਚਦੇ ਹੋ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾਂਦਾ ਆ ਕਿਵੇਂ ਦਾ ਮਹਿਸੂਸ ਹੁੰਦਾ ਇੱਥੇ ਪਹੁੰਚ ਕੇ ਆਈ ਥਿੰਕ ਐਕਸਪ੍ਰੈਸ ਨਹੀਂ ਕਰ ਸਕਦੀ ਅਸੀਂ ਐਕਸਪੈਕਟ ਨਹੀਂ ਸੀ ਕੀਤਾ ਸੋ ਆਲ ਆਫ ਅ ਸੱਡਨ ਵੀ ਵਰ ਓਵਰ ਵੈਲਮਡ ਕਿ ਕਿੰਨਾ ਜ਼ਿਆਦਾ ਲੋਕ ਪਿਆਰ ਕਰਦੇ ਆ ਮੈਨੂੰ ਲੱਗਦਾ ਗੱਲ ਕਰਨ ਦੀ ਤੁਹਾਡੀਆਂ ਅੱਖਾਂ ਨਾਲ ਹੋ ਗਿਆ ਕੀ ਰੀਜ਼ਨ ਹੈ ਇਹਦਾ ਵੀ ਆਈ ਥਿੰਕ ਸਾਰਾ ਹਾਰਡ ਵਰਕ ਹੈ ਡਾਕਟਰ ਸਾਹਿਬ ਦਾ ਤੇ ਉਹਨਾਂ ਕਰਕੇ ਜੋ ਸਾਨੂੰ ਪਿਆਰ ਮਿਲ ਰਿਹਾ ਆ ਆਈ ਥਿੰਕ ਅਸੀਂ ਬਹੁਤ ਜ਼ਿਆਦਾ ਥੈਂਕਫੁਲ ਆ ਰੱਬ ਦੇ ਤੇ ਜਿੱਦਾਂ ਮੇਰੇ ਕੋ ਬੀਜੀ ਆਉਂਦੇ ਆ ਹੋਰ ਸਾਰੇ ਜਣਿਆਂ ਨੂੰ ਮਿਲੀਆਂ ਉਹਨਾਂ ਦੇ ਟੀਮ ਮੈਂਬਰਸ ਨੂੰ ਮਿਲੀਆਂ ਤੇ ਅਨ ਕੰਡੀਸ਼ਨਲ ਪਿਆਰ ਮਿਲਿਆ ਆਈ ਥਿੰਕ ਕੋਈ ਚੀਜ਼ ਮੈਚ ਨਹੀਂ ਸੋ ਬਹੁਤ ਹੀ ਜ਼ਿਆਦਾ ਵਧੀਆ ਫੀਲ ਕੀਤਾ ਜਦੋਂ ਇੰਨਾ ਵਾਰਮ ਵੈਲਕਮ ਹੋਇਆ ਜਦੋਂ ਅਦੋਲਨ ਸ਼ੁਰੂ ਹੋਇਆ ਸੀ ਤਾਂ ਉਹ ਤੋਂ ਦੀ ਵੀ ਗੱਲ ਜਰੂਰ ਕਰ ਲੈਣੀ ਹੈ ਕਿਉਂਕਿ ਸਾਰਿਆਂ ਦਾ ਯੋਗਦਾਨ ਇਹਦੇ ਵਿੱਚ ਪਿਆ ਤਾਂ ਸ਼ਾਇਦ ਡਾਕਟਰ ਸਾਹਿਬ ਨੇ ਵੀ ਤੁਹਾਨੂੰ ਕਿਹਾ ਕਿ ਮੈਨੂੰ ਵੀ ਸਮੂਲੀਅਤ ਕਰਨੀ ਇਸ ਕਿਸਾਨੀ ਅਦੋਲਨ ਦੇ ਵਿੱਚ ਤਾਂ ਤੁਹਾਡਾ ਕੀ ਅੱਗੇ ਰਿਐਕਸ਼ਨ ਸੀ ਆਈ ਥਿੰਕ ਇਟ ਵਾਸ ਅ ਜਰਨੀ ਹੀ ਜਸਟ ਸਟਾਰਟਡ ਐਸ ਕਿ ਆਪਾਂ 2 ਵੀਕਸ ਲਈ ਮੈਂ ਜਾਣਾ ਆ ਮੈਡੀਕਲ ਕੈਂਪਸ ਲਾਉਣੇ ਆ ਫਿਰ ਹੈਲਪ ਚਾਹੀਦੀ ਆ ਡਾਕਟਰਸ ਦੀ ਜ਼ਰੂਰਤ ਆ ਫਿਰ ਹੌਲੀ ਹੌਲੀ ਇੱਥੇ ਕੰਡੀਸ਼ਨ ਅਸੈਸ ਕੀਤੀ ਤੇ ਇਹਨਾਂ ਨੇ ਮੈਨੂੰ ਦੱਸਣਾ ਕਿ ਬਹੁਤ ਹਾਰਡ ਆ ਵਿਚਾਰੇ ਬਜ਼ੁਰਗ ਹੁੰਦੇ ਆ ਠੰਡ ਲੱਗਦੀ ਉਹਨਾਂ ਨੂੰ ਇਦਾਂ ਕਰਕੇ ਉਹ ਕਈਆਂ ਦੀਆਂ ਡੈਥਸ ਹੋਈਆਂ ਫਿਰ ਹੌਲੀ ਹੌਲੀ ਉਹ ਚੀਜ਼ ਇਦਾਂ ਬਣਦੀ ਗਈ ਕਿ ਇੰਨੀਆਂ ਜਿਆਦਾ ਜਿਹੜਾ ਆਪਾਂ ਟਰਮੋਲ ਦੇਖਿਆ ਕਿ ਲੱਗਦਾ ਸੀ ਕਿ ਇਹਨਾਂ ਦੀ ਜ਼ਰੂਰਤ ਇੱਥੇ ਜ਼ਿਆਦਾ ਹੈ ਸੀ ਤੇ ਆਪਣੇ ਘਰਾਂ 'ਚ ਵਧੀਆ ਬੈਠੇ ਹੋਏ ਆ ਤਾਂ ਜੇ ਅਸੀਂ ਸਪੋਰਟ ਵੀ ਨਹੀਂ ਕਰ ਸਕਦੇ ਹੀ ਬੀਇੰਗ ਅ ਡਾਕਟਰ ਜੋ ਇੰਨੀ ਵਧੀਆ ਸੇਵਾ ਕਰ ਰਿਹਾ ਤੇ ਫਿਰ ਤਾਂ ਕੋਈ ਵੀ ਗੱਲ ਹਨਾ ਤੇ ਮਾੜੀ ਗੱਲ ਆ ਜੇ ਅਸੀਂ ਉੱਥੇ ਬੈਠੇ ਕੰਪਲੇਨ ਕਰੀ ਜਾਈਏ ਕਿ ਆ ਜੋ ਵਾਪਸ ਆ ਜੋ ਵਾਪਸ ਹਨਾ ਤੇ ਸੋ ਜਿੰਨਾ ਕੁਛ ਇਹਨਾਂ ਨੇ ਮੈਨੇਜ ਕੀਤਾ ਨੇ ਚੈਲੰਜਸ ਦੇ ਨਾਲ ਜਿੰਨੇ ਸੋਲੂਸ਼ਨਸ ਕੱਢੇ ਮੈਂ ਬੜੀ ਫੈਸੀਨੇਟ ਹੋ ਰਹੀ ਸੀ ਦੇਖਿਆ ਇੱਥੇ ਜਿੱਦੋਂ ਟਿਕਰੀ ਬਾਰਡਰ ਘੁੰਮ ਕੇ ਸੀ 27 28 ਕਿਲੋਮੀਟਰ ਦੇ ਕਿ ਲੋਕਾਂ ਨੂੰ ਕਿੰਦਾ ਕਿੰਦਾ ਜ਼ਰੂਰਤਾਂ ਆਈਆਂ ਹੋਗੀਆਂ ਜਦੋਂ ਇੱਥੇ ਆਏ ਹਨਾ ਗਰਮ ਪਾਣੀ ਕਰਨ ਦੀ ਧੋਣ ਕੱਪੜੇ ਦੀ ਜਾਂ ਫਿਰ ਬੈਥਰੂਮ ਜਾਣ ਦੀ ਜਾਂ ਯੂਨਿਟ ਜਿੱਦ ਦਾ ਦੁੱਧ ਦਾ ਅਰੇਂਜਮੈਂਟ ਹੋ ਰਿਹਾ ਹੈ ਬਿਲਕੁਲ ਪਰ ਆਈ ਥਿੰਕ ਆਪਣੇ ਪੰਜਾਬੀ ਬੜੇ ਹੀ ਜਜ਼ਬੇ ਵਾਲੇ ਆ ਬੜੇ ਪੈਸ਼ਨੇਟ ਆ ਉਹਨਾਂ ਨੇ ਸੋਲੂਸ਼ਨਸ ਲੱਭੇ ਇੱਕ ਕਮਿਊਨਿਟੀ ਇੱਥੇ ਵੀ ਬਣਾ ਲਈ ਸਾਰੇ ਯੂਨੀਫਾਈ ਹੋ ਕੇ ਜਿਸ ਜਿਸ ਮਕਸਦ ਨਾਲ ਇੱਥੇ ਬੈਠੇ ਹੋਇਆ ਤਨ ਤਨਿਆ ਕੋਈ 5 ਦਿਨ ਨਹੀਂ ਬੈਹ ਸਕਦਾ 1-2 ਦਿਨ ਨਹੀਂ ਬੈਹ ਸਕਦਾ ਤੇ ਸਾਲ ਦੇ ਬੈਠੇ ਆ ਸਟਿਲ ਉਸ ਜਜ਼ਬੇ ਨਾਲ ਕਿ ਹੱਲੇ ਵੀ ਕੁਝ ਉੱਠਣ ਨੂੰ ਤਿਆਰ ਨਹੀਂ ਆ ਕਹਿੰਦੇ ਸੀ ਜੀ ਤੁਸੀਂ ਫਿਰ ਕਿਸਾਨੀ ਅਧੂਲਨ ਦੇ ਵਿੱਚ ਆਏ ਹਾਂਜੀ ਫਰਸਟ ਟਾਈਮ ਮੈਂ ਵਿਟਨੈਸ ਕੀਤਾ ਕਿਸਾਨੀ ਅਧੂਲਨ ਦੀ ਜਿੱਤ ਤੋਂ ਬਾਅਦ ਕਹਿ ਸਕਦੇ ਆ ਤੁਸੀਂ ਇੱਥੇ ਮਿਲਣ ਆਇਓ ਫੈਮਿਲੀ ਨੂੰ ਪਰ ਪਹਿਲਾਂ ਕਿਉਂ ਨਹੀਂ ਆਏ ਤੁਸੀਂ ਕਿਉਂਕਿ ਤੁਹਾਡੇ ਹਸਬੰਦ ਇੱਥੇ ਰਹਿ ਰਹੇ ਸੀ ਇੱਕ ਸਾਲ ਤੋਂ ਉਹਨਾਂ ਨੇ ਲੋਕਾਂ ਦੇ ਵਿੱਚ ਉਹ ਚੀਜ਼ ਨੂੰ ਮਹਿਸੂਸ ਕੀਤਾ ਕਿ ਕਿਸ ਤਰ੍ਹਾਂ ਅਦੋਲਨ ਲੜਿਆ ਜਾਂਦਾ ਹੈਗਾ ਤੁਸੀਂ ਕਿਉਂ ਨਹੀਂ ਉਸ ਤੋਂ ਪਹਿਲਾਂ ਆਈਂਕ ਆਪਣੇ ਹਰ ਇੱਕ ਦਾ ਇੱਕ ਰੋਲ ਹੁੰਦਾ ਆ ਹਨਾ ਫੈਮਲੀ ਚ ਸੋ ਜੋ ਇੱਥੇ ਆ ਸਕੇ ਉਹ ਇਸ ਕਰਕੇ ਕਿ ਮੈਂ ਪਿੱਛੇ ਆਪਣੇ ਬੱਚੇ ਨੂੰ ਸਪੋਰਟ ਕਰ ਰਹੀ ਸੀ ਅਸੀਂ ਫਾਈਨੈਂਸ਼ੀਅਲੀ ਆਪਣਾ ਹੈਂਡਲ ਕਰ ਰਹੇ ਸੀ ਸਿਚੁਏਸ਼ਨ ਬੜੇ ਖਰਚੇ ਹੁੰਦੇ ਆ ਤੁਹਾਨੂੰ ਪਤਾ ਹਨਾ ਫੈਮਲੀ ਹੁੰਦੀ ਆ ਉਹਨਾਂ ਨੂੰ ਸਪੋਰਟ ਕਰ ਰਹੀ ਸੀ ਸੋ ਆਪਾਂ ਉੱਥੇ ਰੋਲ ਆਪਣਾ ਅਦਾ ਕਰ ਰਹੇ ਸੀਗੇ ਆਪਣਾ ਇੱਥੇ ਅਦਾ ਕਰ ਰਹੇ ਸੀ ਪਰ ਅਸੀਂ ਇੰਪਾਰਟਨਰਸ਼ਿਪ ਕੰਮ ਅਸੀਂ ਕਿ ਕੁਝ ਵਧੀਆ ਕਰੀਏ ਪੰਜਾਬ ਲਈ ਇੱਥੇ ਤੇ ਲੋਕਾਂ ਲਈ ਅਸੀਂ ਖੁਦ ਫਾਰਮਰ ਬੈਕਗਰਾਉਂਡ ਚ ਹੈਗੇ ਆ ਜਿਵੇਂ ਲੱਗਿਆ ਜਦੋਂ ਮਾਤਾਵਾਂ ਨੂੰ ਮਿਲਦੀ ਸੀ ਇੱਥੇ ਦੇਖਦੇ ਸੀ ਕਿ ਪਿੰਡ ਕੈਲੀਫੋਰਨੀਆ ਵਸਾ ਦਿੱਤਾ ਕਿ ਹਾਲਾਂਕਿ ਰਹਿਣ ਵਾਲੇ ਕੈਲੀਫੋਰਨੀਆ ਦੇ ਸੀ ਤੇ ਇੱਥੇ ਵੀ ਉਹਦਾਂ ਦਾ ਹੀ ਉਹਨਾਂ ਨੇ ਪਿੰਡ ਬਣਾ ਦਿੱਤਾ ਬਿਲਕੁਲ ਆਈ ਥਿੰਕ ਅਮੇਜ਼ਿੰਗ ਆ ਜਿੱਦਾਂ ਦਾ ਬਲੂਪ੍ਰਿੰਟ ਕ੍ਰੀਏਟ ਕੀਤਾ ਇੱਥੇ ਹੁਣ ਅਸੀਂ ਰਹਿ ਕੇ ਦੇਖਿਆ ਅਸੀਂ ਪੰਜਾਛੇ ਦਿਨਾਂ ਦੇ ਇੱਥੇ ਹੈਗੇ ਆ ਕੋਈ ਸਾਨੂੰ ਮਹਿਸੂਸ ਨਹੀਂ ਹੁੰਦਾ ਆ ਔਖਾ ਜਿੱਦਾਂ ਤੁਸੀਂ ਹੋਸਟਲਸ ਜਾ ਕੇ ਰਹਿਨੇ ਆ ਉਸੇ ਤਰੀਕੇ ਜਿਵੇਂ ਸਮਝ ਲਓ ਤੁਹਾਡਾ ਫੂਡ ਦਾ ਵੀ ਇੱਥੇ ਲੰਗਰ ਲੱਗੇ ਹੋਏ ਆ ਤੁਹਾਡੇ ਵਾਸ਼ਿੰਗ ਮਸ਼ੀਨ ਦੇ ਜਿੱਦਾਂ ਆਪਣੇ ਬਾਹਰ ਸਿਸਟਮ ਹੁੰਦਾ ਆ ਅਪਾਰਟਮੈਂਟਸ ਸਾਰੇ ਯੂਜ਼ ਕਰਦੇ ਆ ਇੱਕੋ ਹੀ ਵਾਸ਼ਿੰਗ ਮਸ਼ੀਨ ਟੋਕਨਸ ਪਾ ਕੇ ਉਹ ਸਿਸਟਮ ਆ ਸਾਈਕਲਸ ਹੈਗੇ ਆ ਜਿੱਦਾਂ ਤੁਹਾਡੇ ਕੋਲ ਸਾਈਕਲ ਸਟੈਂਡਸ ਤੇ ਵਾਸ਼ਿੰਗਟਨ ਡੀਸੀ ਵਗੈਰਾ ਚ ਹੁੰਦੇ ਆ ਤੁਸੀਂ ਰੈਂਟ ਕਰੋ ਤੇ ਚਲੇ ਜਾਓ ਆਪਣਾ ਯੂਜ਼ ਕਰੋ ਤੇ ਮੈਡੀਕਲ ਸੈਂਟਰ ਮੋਦੀ ਖਾਨਾ ਇੱਥੇ ਆ ਕੀ ਨਹੀਂ ਕੀਤਾ ਮੈਂ ਉਹੀ ਸੋ ਐਬ ਲਾ ਰਹੀਆਂ ਕਿ ਛੋਟੀਆਂ ਛੋਟੀਆਂ ਚੀਜ਼ਾਂ ਅਸੈਸ ਕੀਤੀਆਂ ਹੋਈਆਂ ਲੋਕਾਂ ਨੂੰ ਆ ਲੋਡ ਪੈ ਰਹੀ ਆ ਆ ਪੈ ਗੱਲਬਾਤ ਕਰਦੇ ਸੀ ਵੀ ਹੁਣ ਤਾਂ ਅਧੋਲਨ ਜਿੱਤ ਗਏ ਆ ਘਰਾਂ ਨੂੰ ਚਲੀਏ ਵਾਪਸ ਤਾਂ ਕੀ ਰਿਐਕਸ਼ਨ ਹੁੰਦਾ ਉਹਨਾਂ ਦਾ ਕਿਉਂਕਿ ਪਿੰਡ ਕੈਲੀਫੋਰਨੀਆ ਵਸ ਗਿਆ ਕਿਉਂਕਿ ਯੂ ਐਸ ਏ ਤੋਂ ਘੱਟ ਤਾਂ ਇਹ ਵੀ ਨਹੀਂ ਲੱਗ ਰਿਹਾ ਤਾਂ ਕੀ ਲੱਗਦਾ ਜਾਣ ਲਈ ਰਾਜ਼ੀ ਹੁੰਦੇ ਨੇ ਨਾਲ ਹਲੇ ਉੱਦ ਸਾਡੀ ਇਨੀ ਗੱਲਬਾਤ ਇਸ ਟਾਪਿਕ ਤੇ ਨਹੀਂ ਹੋਈ ਕਿ ਜਾਣਾ ਨਹੀਂ ਜਾਣਾ ਆ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਤਾਂ ਅਸੀਂ ਇਸ ਚੀਜ਼ ਬਲੀਵ ਕਰਦੇ ਹਾਂ ਕਿ ਹਰ ਇੱਕ ਚੀਜ਼ ਨੂੰ ਕਲੋਜ਼ਰ ਵੀ ਬਹੁਤ ਸੋਹਣਾ ਮਿਲਣਾ ਚਾਹੀਦਾ ਆ ਹਨਾ ਸਾਲ ਇੱਥੇ ਸਪੈਂਡ ਕੀਤਾ ਥੋੜਾ ਕੀ ਆਈਡੀਆ ਤੁਸੀਂ ਲੈ ਕੇ ਜਾਣਾ ਜਾਂ ਇੱਥੇ ਹੀ ਬਸਣਾ ਬਸਣਾ ਤਾਂ ਨਹੀਂ ਹੁਣ ਆਪਣੇ ਫਾਰਮਰਜ਼ ਦੀਆਂ ਆਪਾਂ ਜਿੱਤ ਹੋਈ ਆ ਆਪਣੀਆਂ ਸਾਰੀਆਂ ਮੰਗਾਂ ਹੁਣ ਹੌਲੀ ਹੌਲੀ ਹੋਪਫੁਲੀ ਬਾਕੀ ਦੀਆਂ ਵੀ ਪੂਰੀਆਂ ਹੋਣ ਤੇ ਫਾਰਮਰਸ ਵੀ ਆਪਣੇ ਘਰਾਂ ਨੂੰ ਖੁਸ਼ੀ ਖੁਸ਼ਾਈ ਜਾਣ ਤੇ ਆਪਾਂ ਵੀ ਆਪਣੇ ਘਰਾਂ ਨੂੰ ਖੁਸ਼ੀ ਖੁਸ਼ਾਈ ਜਾਈਏ ਬਿਲਕੁਲ ਜੀ ਸੋਚਦੇ ਆਂ ਹਾਂਜੀ ਬੱਚੀ ਨੂੰ ਦੇਖ ਕੇ ਇਦਾਂ ਲੱਗ ਰਿਹਾ ਕਿ ਆਪਣੇ ਪਾਪਾ ਕੋਲ ਜਾ ਨਹੀਂ ਰਹੀ ਹੈਗੀ ਇੱਕ ਸਾਲ ਦੇ ਦੌਰਾਨ ਜਿੱਥੇ ਕਹਿੰਦੇ ਨੇ ਕਿ ਪੰਜਾਬ ਨੇ ਬਹੁਤ ਕੁਝ ਖੋਇਆ ਚਾਹੇ ਆਪਾਂ ਅਦੋਲਨ ਦੇ ਵਿੱਚ ਸ਼ਹੀਦਤਾਂ ਦੀ ਗੱਲ ਕਰ ਲਈ ਜਾਂ ਹੋਰ ਵੀ ਕਈ ਆਰਥਿਕ ਪੱਖੋਂ ਵੀ ਕਿੰਨੇ ਕਿਤੇ ਕੋਈ ਕਮੀ ਲੱਗ ਰਹੀ ਹੈ ਕਿ ਬੱਚੀ ਨੇ ਆਪਣਾ ਬਾਪ ਦਾ ਪਿਆਰ ਖੋਇਆ ਬਿਲਕੁਲ ਉਹ ਚੀਜ਼ ਐਕਸਪ੍ਰੈਸ ਨਹੀਂ ਕਰਦੀ ਮੇਰਾ ਬੱਚਾ ਬੜਾ ਸਟਰੋਂਗ ਆ ਪਰ ਮੈਨੂੰ ਪਤਾ ਆ ਕਿ ਹੁਣ ਮੇਰੇ ਨਾਲੋਂ ਨਹੀਂ ਲੈਂਦੀ ਉਹਨੂੰ ਇਹ ਲੱਗਦਾ ਕਿ ਪਾਪਾ ਚਲੇ ਗਏ ਕਿਤੇ ਮੰਮੀ ਨਾ ਗਾਇਬ ਹੋ ਜਾਏ ਕਿਸੇ ਦਿਨ ਸੋ ਬਹੁਤ ਮੇਰਾ ਵਸਾ ਨਹੀਂ ਖਾਂਦੀ ਬਾਥਰੂਮ ਤੱਕ ਜਾਣਾ ਉਹਨੇ ਮੇਰੇ ਨਾਲ ਜਾਣਾ ਹਰ ਟਾਈਮ ਉਹਨੇ ਮੇਰਾ ਹੈਂਡ ਫੜ ਕੇ ਉਦਾਂ ਹੀ ਰਹਿਣਾ ਆ ਤੇ ਮੈਂ ਇਹਦੇ ਲਈ ਮਾਂ ਬਾਪ ਦੋਨੋਂ ਹੀ ਬਣ ਕੇ ਇਹਨੂੰ ਪੜਾਇਆ ਵੀ ਸਭ ਕੁਝ ਖੜਾਇਆ ਵੀ ਸਾਰਾ ਕੁਝ ਕੀਤਾ ਮੇਰੇ ਮਦਰ ਦੀ ਬੜੀ ਹੈਲਪ ਰਹੀ ਇਹਦੇ ਨਾਨੀ ਨਾਲ ਬੜੀ ਅਟੈਚਡ ਆ ਤੇ ਆਈ ਥਿੰਕ ਸ਼ੀ ਵਿਲ ਬੀ ਪ੍ਰਾਊਡ ਵਨ ਸ਼ੀ ਅੰਡਰਸਟੈਂਡ ਸ਼ੀ ਡਸ ਹੁਣ ਵੀ ਕੈਨ ਬੀ ਆ ਹਾਂਜੀ ਕਹਿੰਦੇ ਕਿ ਜਦੋਂ ਕੋਈ ਵੱਡਾ ਕਾਰਜ ਕਰਨ ਜਾਣਾ ਤਾਂ ਔਰਤ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਅਕਸਰ ਚਾਹੇ ਉਹ ਮਾਂ ਹੋਵੇ ਚਾਹੇ ਪਤਨੀ ਹੋਵੇ ਪਰ ਬੋਟ ਰੋਲ ਅਦਾ ਕਰਦੀ ਆ ਕਦੇ ਇਹ ਨਹੀਂ ਸੋਚਿਆ ਕਿ ਆਰਥਿਕ ਪੱਖੋਂ ਸੀ ਕਮਜ਼ੋਰ ਹੋ ਜਾਵਾਂਗੇ ਤਾਂ ਇਹ ਚੀਜ਼ਾਂ ਰਹਿਣ ਦਿਓ ਤੁਸੀਂ ਆਪਣੇ ਬਾਰੇ ਸੋਚੋ ਕਦੇ ਇਦਾਂ ਤਾਂ ਨਹੀਂ ਸੋਚਿਆ ਅਸੀਂ ਦੋਵੇਂ ਆਈ ਥਿੰਕ ਸਾਡੇ ਇੰਨੇ ਖਰਚੇ ਨਹੀਂ ਹੈਗੇ ਅਸੀਂ ਇੰਨੇ ਡਿਮਾਂਡਿੰਗ ਨਹੀਂ ਆ ਅਸੀਂ ਕੋਈ ਇੰਨਾ ਬ੍ਰਾਂਡਸ ਪਿੱਛੇ ਨਹੀਂ ਭੱਜਦੇ ਆ ਸਾਡੀ ਸੋਚ ਬੜੀ ਇਸ ਕਿਸਮ ਹੋਰ ਵੱਲਦੀ ਹੈਗੀ ਆ ਬੜੇ ਹਾਰਡ ਵਰਕਿੰਗ ਐ ਸਵੈਮਨ ਵੀ ਸ਼ੁਰੂ ਤੋਂ ਟਾਪਰ ਰਿਹਾ ਸਮਕਮ ਲੋਡ ਇਨ ਹਿਸ ਐਮ ਡੀ ਹੈ ਵੀ ਤਾਂ ਹਾਂਜੀ ਇਥੋਂ ਤੱਕ ਕੀ ਪਰਮਿਸ਼ਨ ਤੋਂ ਬਿਨਾ ਇੱਕ ਪਰਚੀ ਦੀ ਵੀ ਬਹੁਤ ਕੀਮਤ ਹੁੰਦੀ ਸੀ ਬਾਹਰ ਤੇ ਇੱਥੇ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਵੀ ਸਮਰਪਿਤ ਕਰ ਦਿੱਤਾ ਹਾਂਜੀ ਪਰ ਆਈ ਥਿੰਕ ਉਹ ਵਰਥ ਇਟ ਸੀਗਾ ਹਨਾ ਕਿਉਂਕਿ ਆਪਾਂ ਬਹੁਤ ਮਾਣ ਮਹਿਸੂਸ ਕਰਦੇ ਆ ਕਿਉਂਕਿ ਕਮਾਈਆਂ ਆਪਾਂ ਪੂਰੀ ਉਮਰ ਕਰੀ ਜਾਣੀਆਂ ਹਨਾ ਤਾਂ ਆਪਣੇ ਆਪ ਲਈ ਤੇ ਹਰ ਕੋਈ ਜਿੰਦਾ ਆ ਤੇ ਇਹ ਟਾਈਮ ਜਿਹੜਾ ਕਿਸੇ ਦੀ ਸੇਵਾ ਕਰਨ ਲਈ ਆਪਾਂ ਨੂੰ ਮਿਲਿਆ ਇਹਨੇ ਲੋਕਾਂ ਦੀਆਂ ਬlesings ਮਿਲੀਆਂ ਤੇ ਜੇ ਉਹ ਨਾ ਹੁੰਦੇ ਤਾਂ ਫਿਰ ਕੌਣ ਹੁੰਦਾ ਹਨਾ ਜੇ ਡਾਕਟਰਸ ਵੀ ਭੱਜ ਜਾਂਦੇ ਕੋਵਿਡ ਤੋਂ ਜਾਂ ਹੋਰ ਸਿਚੁਏਸ਼ਨਸ ਨੂੰ ਦੇਖ ਕੇ ਫਿਰ ਲੋਕਾਂ ਦੀ ਕੌਣ ਹੈਲਪ ਕਰਦਾ ਜੀ ਤੁਸੀਂ ਕਰੋਨਾ ਕਾਲ ਦੇ ਦੌਰਾਨ ਦੀ ਵੀ ਗੱਲ ਯਾਦ ਕਰਵਾਤੀ ਕਿਉਂਕਿ ਕਰੋਨਾ ਕਾਲ ਦੇ ਦੌਰਾਨ ਹੀ ਅਦੋਲਨ ਜਿਹੜਾ ਸ਼ੁਰੂ ਹੋਇਆ ਸੀ ਉਦੋਂ ਡਰ ਨਹੀਂ ਸੀ ਲੱਗਦਾ ਕਿ ਕਰੋਨਾ ਬਹੁਤ ਚੱਲ ਰਿਹਾ ਹੈ ਤੁਸੀਂ ਜਾ ਰਹੇ ਹੈਗੇ ਉਹ ਡਰ ਲੱਗਦਾ ਸੀਗਾ ਤੇ ਪਰ ਇਹ ਸੀ ਇਹਨਾਂ ਦੀ ਜੌਬ ਐਸੀ ਹੈ ਇਹਨਾਂ ਦਾ ਰੱਬ ਨੇ ਨਾ ਐਸੀ ਜਿਹੜਾ ਡਾਕਟਰੀ ਪੇਸ਼ਾ ਆ ਉਹ ਇੱਕ ਪੇਸ਼ੇ ਤੋਂ ਉੱਪਰ ਹੋ ਜਾਂਦਾ ਆ ਕਿਉਂਕਿ ਤੁਸੀਂ ਲੋਕਾਂ ਦੀ ਜਾਨ ਬਚਾਉਣ ਵਾਲੇ ਬਣ ਜਾਂਦੇ ਆ ਲੋਕੀ ਪਰਮਾਤਮਾ ਸਮਝਣ ਲੱਗ ਜਾਂਦੇ ਆ ਹਨਾ ਤੇ ਆਈ ਥਿੰਕ ਗੋਡ ਦੀਆਂ ਬਲੇਸਿੰਗਸ ਉਹਨਾਂ ਦੀਆਂ ਪ੍ਰੇਅਰਸ ਨਾਲ ਹੀ ਸੀ ਬਿਲਕੁਲ ਇੱਕ ਡਾਕਟਰ ਸ੍ਰੀਮਾਨ ਆ ਜਿਹੜੀ ਲੋਕਾਂ ਦੀ ਜਾਨ ਬਚਾਰੇ ਸੀ ਪਰ ਕਿਤੇ ਨਾ ਕਿਤੇ ਤੁਸੀਂ ਵੀ ਪੰਜਾਬ ਚ ਆ ਕੇ ਹਨਾ ਵਿਜ਼ਿਟ ਕੀਤਾ ਦੇਖਿਆ ਹੋਵੇਗਾ ਕੁਝ ਐਸੇ ਡਾਕਟਰ ਵੀ ਨੇ ਜਿਹੜੇ ਲੋਕਾਂ ਦੀ ਜਾਨ ਲੈ ਰਹੇ ਨੇ ਕੋਰੋਨਾ ਕਾਲ ਦੇ ਦੌਰਾਨ ਤੁਸੀਂ ਦੇਖਿਆ ਕਿ ਲੋਕ ਡਾਕਟਰ ਦੇ ਕੋਲ ਜਾਣਾ ਵੀ ਪਰੇਜ਼ ਕਰਦੇ ਸੀ ਕਿ ਨਹੀਂ ਜਾਨ ਚਲੀ ਜਾਏਗੀ ਬਹੁਤ ਮਾੜੀ ਸਿਚੁਏਸ਼ਨ ਆ ਇਦਾਂ ਹੋਣਾ ਨਹੀਂ ਚਾਹੀਦਾ ਰਾਈਟ ਬਿਜ਼ਨਸ ਬਣਾ ਲਿਆ ਇੱਥੇ ਮੈਡੀਸਨ ਦਾ ਵੀ ਆਪਣੀਆਂ ਦਵਾਈਆਂ ਦਾ ਲੈ ਲੋ ਉਦਾਂ ਜਦੋਂ ਚੈੱਕ ਅਪ ਕਰਨਾ ਤੁਹਾਨੂੰ ਐਕਸਟਰਾ ਟੈਸਟ ਦੱਸ ਦੇਣੇ ਜਿਨ੍ਹਾਂ ਦੀ ਲੋੜ ਵੀ ਨਹੀਂ ਆ ਪਰ ਆਈ ਡੋਨਟ ਨੋ ਕਿਉਂ ਡਾਕਟਰਸ ਗਿਲਤੀ ਨਹੀਂ ਫੀਲ ਕਰਦੇ ਇਸ ਸਪੈਸ਼ੀਅਲ ਜੇ ਆਪਾਂ ਹੋਈ ਆ ਆਪਾਂ ਨੂੰ ਤਾਂ ਲੱਗੀ ਜਾਵੇ ਕਿ ਆਪਾਂ ਕਿਸੇ ਨਾ ਕਿੰਨਾ ਗਲਤ ਕਰ ਰਹੇ ਆ ਤੇ ਆਈ ਥਿੰਕ ਹਰ ਇੱਕ ਪ੍ਰੋਫੈਸ਼ਨਰ ਨੂੰ ਤੁਹਾਨੂੰ ਪੂਰੇ ਡੈਡੀਕੇਟਿਡ ਹੋਣਾ ਚਾਹੀਦਾ ਭਾਵੇਂ ਡਾਕਟਰੀ ਦਾ ਆ ਭਾਵੇਂ ਕੋਈ ਹੋਰ ਪੇਸ਼ਾ ਆ ਤੇ ਆਈ ਥਿੰਕ ਆਪਾਂ ਸਾਰੇ ਇਕੱਠੇ ਕੋਲੈਬੋਰੇਟ ਕਰਕੇ ਇਸ ਚੀਜ਼ ਦਾ ਸੁਧਾਰ ਕਰ ਸਕਦੇ ਆ ਜੇ ਆਪਾਂ ਐਸੇ ਸਿਸਟਮਸ ਬਣਾਈਏ ਉਹ ਬਾਹਰਾ ਉੱਥੇ ਸੂ ਕਰ ਦਿੰਦੇ ਆ ਪੇਸ਼ੈਂਟਸ ਜਿਹਨਾਂ ਦਾ ਕਿਤੇ ਸਪੋਸ ਕਿਸੇ ਹਸਪੀਟਲ ਚ ਕੋਈ ਜ਼ਿਆਦਾ ਡੈਥ ਰੇਟ ਹੋ ਰਿਹਾ ਆ ਜਾਂ ਜਿਆਦਾ ਸੀ ਸੈਕਸ਼ਨ ਹੋ ਰਿਹਾ ਨਾਰਮਲ ਡਿਲੀਵਰੀਜ਼ ਨਹੀਂ ਹੋ ਰਹੀਆਂ ਜਿੱਦਾਂ ਹੁਣ ਇੱਥੇ ਸੀ ਸੈਕਸ਼ਨ ਕਹਿ ਦਿੰਦੇ ਆ ਹਨਾ ਕਿ ਜ਼ਿਆਦਾ ਬਿੱਲ ਬਣੂਗਾ ਨਾਰਮਲ ਡਿਲੀਵਰੀਜ਼ ਹੀ ਨਹੀਂ ਹੁੰਦੀਆਂ ਫੋਰ ਏਗਜ਼ੈਂਪਲ ਤੇ ਉੱਥੇ ਉਸ ਸਾਰੀਆਂ ਚੀਜ਼ਾਂ ਦੇ ਚੈਕਸ ਇਨ ਬਾਉਂਡ ਆ ਹਰ ਹਸਪੀਟਲ ਨੂੰ ਉਹਨਾਂ ਨੇ ਐਨਾਲਾਈਜ਼ ਕਰਨਾ ਆਡਿਟ ਕਰਨਾ ਆ ਕਿ ਤੁਹਾਡੇ ਇੰਨੇ ਪਰਸੈਂਟੇਜ ਤੋਂ ਜਿਹੜਾ ਐਵਰੇਜ ਆ ਆ ਪੂਰੇ ਕੰਟਰੀ ਦਾ ਉਤੋਂ ਜ਼ਿਆਦਾ ਕਿਉਂ ਹੋ ਗਿਆ ਆ ਤੋ ਐਕਸ਼ਨ ਲੈਂਦੇ ਆ ਸੋ ਇੱ ਉਹ ਕਹ ਰਹੀਆਂ ਜੇ ਰਾਈਟ ਮਾਈਂਡਡ ਪੀਪਲ ਸੋਚਣ ਇੱਥੇ ਦੇ ਸਿਸਟਮ ਬਾਰੇ ਤਾਂ ਬਹੁਤ ਚੀਜ਼ਾਂ ਕੀਤੀਆਂ ਜਾ ਸਕਦੀਆਂ ਜਿਹੜੀਆਂ ਆਲਰੇਡੀ ਉਸ ਦੇਸ਼ਾਂ 'ਚ ਕੀਤੀਆਂ ਆਪਾਂ ਕਾਪੀ ਕਰ ਲਈਏ ਲੈਟਸ ਸਟਾਰਟ ਫਰਮ ਦੈਟ ਨਾਟ ਯੂ نو ਕੰਡ ਅ ਰੀਨਵੈਂਟ ਦ ਵੀਲ ਅਸ ਯੂ نو ਸਕ੍ਰੈਚ ਤੋਂ ਸ਼ੁਰੂ ਕਰਨ ਦੀ ਲੋੜ ਨਹੀਂ ਤਾਂ ਆਪਾਂ ਉਹੀ ਐਮੂਲੇਟ ਕਰ ਸਕਦੇ ਆ ਅੱਗੇ ਹੋਰ ਸੁਧਾਰ ਲਿਆ ਸਕਦੇ ਕਿ ਇੱਥੇ ਵੀ ਉਸ ਚੀਜ਼ ਨੂੰ ਕ੍ਰੀਏਟ ਕੀਤਾ ਜਾ ਸਕਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿਉਂਕਿ ਬਾਹਰ ਦੇ ਸਿਸਟਮ ਨੂੰ ਦੇਖ ਕੇ ਲੋਕ ਬਾਹਰ ਭੱਜਦੇ ਨੇ ਪਰ ਇੱਥੇ ਕੋਈ ਸਵਾਰਨਾ ਨਹੀਂ ਚਾਹੁੰਦਾ ਹਰ ਜਗ੍ਹਾ ਜੰਨਤ ਬਣਾਈ ਜਾ ਸਕਦੀ ਆ ਬਸ ਤੁਹਾਡੇ ਕੋਲ ਦਿਲ ਚ ਜਜ਼ਬਾ ਹੋਣਾ ਚਾਹੀਦਾ ਆ ਪੈਸ਼ਨ ਹੋਣਾ ਚਾਹੀਦਾ ਆ ਜੇ ਆਪਾਂ ਪਿਆਰ ਨਾਲ ਜਿੰਨੀ ਆਪਣੀ ਪੋਪੂਲੇਸ਼ਨ ਆ ਜਿੰਦਾ ਦੇ ਇਮੋਸ਼ਨਸ ਆ ਜਿੰਨੀ ਡਾਈਵਰਸ ਸੀ ਕੰਟਰੀ ਆ ਕੋਈ ਕੰਟਰੀ ਨਹੀਂ ਹੈਗੀ ਹਰ ਇੱਕ ਥਾਂ ਤੇ ਪੈਰ ਤੇ ਤੁਹਾਡੀ ਲੈਂਗੁਏਜ ਚੇਂਜ ਹੁੰਦੀ ਆ ਫੂਡ ਚੇਂਜ ਹੁੰਦਾ ਕਾਸਟਿਮ ਚੇਂਜ ਹੁੰਦੇ ਆ ਰਿਲੀਜਨ ਹਨਾ ਕਿੰਨੀ ਡਾਈਵਰਸਿਟੀ ਆ ਸੋਨੇ ਡਾਈਵਰਸ ਮਾਈਂਡਸੈਟਸ ਜੇ ਆਪਾਂ ਇਕੱਠੇ ਲਿਆਈਏ ਤਾਂ ਇਕੱਠੇ ਇਕਜੁੱਟ ਹੋ ਕੇ ਕੰਮ ਕਰਨ ਤਾਂ ਕਿੱਥੇ ਨਹੀਂ ਲਿਜਾ ਸਕਦਾ ਆਪਾਂ ਤੁਹਾਨੂੰ ਜਦੋਂ ਇੱਥੇ ਆਏ ਹੋ ਵੀ ਸਰਕਾਰ ਦਾ ਕਿਵੇਂ ਦਾ ਰਵੱਈਆ ਰਿਹਾ ਕਿ ਇੱਕ ਸਾਲ ਅਦੋਲਨ ਚੱਲਦਾ ਰਿਹਾ ਪਰ ਸਰਕਾਰ ਨੇ ਕੋਈ ਜਲਦੀ ਹੱਲ ਨਹੀਂ ਕੀਤਾ ਫੋਰ ਸ਼ੋਰ ਆਈ ਥਿੰਕ ਸਾਰੇ ਸੋਚਦੇ ਆ ਕਿ ਹਾਈ ਡਿਸੀਜਨ ਤੁਸੀਂ ਸਾਲ ਪਹਿਲਾਂ ਜੇ ਮੇਕ ਕਰ ਦਿੰਦੇ ਤੇ ਸਾਰੇ ਲੋਕ ਇੰਨੇ ਵਿਚਾਰੇ ਜਿਹੜੇ ਸੜਕਾਂ ਤੇ ਬੈਠੇ ਆ ਆਪਣੇ ਘਰਾਂ 'ਚ ਹੁੰਦੇ ਜਿਹੜੇ ਬਜ਼ੁਰਗਾਂ ਦੀਆਂ ਮੌਤਾਂ ਹੋਈਆਂ ਆ ਜਿਹੜੇ ਲੋਕਾਂ ਨੂੰ ਇੰਨਾ ਫੈਮਿਲੀਜ਼ ਨੂੰ ਹਨਾ ਹਿੱਟ ਹੋਇਆ ਆ ਉਹ ਨਾ ਹੁੰਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਨੀ ਆ ਕਿ ਅਦੋਲਨ ਸ਼ੁਰੂ ਹੁੰਦਾ ਕਰੋਨਾ ਕਾਲ ਦੇ ਦੌਰਾਨ ਜਦੋਂ ਤੁਸੀਂ ਯੂਐਸਏ ਤੋਂ ਆਉਂਦੇ ਹੋ ਤਾਂ ਅਦੋਲਨ ਨੂੰ ਮੁੱਖ ਰੱਖਦਿਆਂ ਹੀ ਤੁਸੀਂ ਇੱਥੇ ਪਹੁੰਚਦੇ ਹੋ ਬਿਲਕੁਲ ਹਾਂਜੀ ਹਾਂਜੀ ਸਵੈਮਾਨ ਨੂੰ ਸਪੋਰਟ ਕਰਨ ਲਈ ਤੇ ਹਾਂਜੀ ਇਸ ਲਈ ਹੁਣ ਕੀ ਅਗਲਾ ਤੁਹਾਡਾ ਪਲਾਨ ਹੈਗਾ ਕਿ ਜਿਸ ਤਰ੍ਹਾਂ ਇਥੋਂ ਅਦੋਲਨਤਾ ਜਿੱਤ ਕੇ ਡਾਕਟਰ ਸਾਹਿਬ ਨੇ ਘਰ ਵਸਾਇਆ ਹਨਾ ਪਿੰਡ ਬਣਾਇਆ ਇਹਨਾਂ ਹਾਲਾਂਕਿ ਉਹਨਾਂ ਦਾ ਤਾਂ ਦਿਲ ਨਹੀਂ ਕਰਦਾ ਹੋਵੇਗਾ ਜਾਣ ਲਈ ਪਰ ਕਿਵੇਂ ਦੇਖਦੇ ਹੋ ਕਿ ਅੱਗੇ ਤੁਸੀਂ ਆਪਣੇ ਮਤਲਬ ਕਿ ਪੰਜਾਬ ਚ ਰਹੋਗੇ ਕਿਉਂਕਿ ਜੰਨਤ ਬਣਾਉਣ ਦੀ ਗੱਲ ਕਰ ਰਹੇ ਸੀ ਤੁਸੀਂ ਤਾਂ ਮੈਨੂੰ ਮੈਂ ਸੋਚਿਆ ਕਿ ਤੁਹਾਡੇ ਤੋਂ ਜ਼ਰੂਰ ਪੁੱਛਾਂ ਕਿ ਇਥੋਂ ਦਾ ਵੀ ਸਿਸਟਮ ਹੈ ਜਿਹੜਾ ਉਹ ਚੇਂਜ ਕਰਨ ਲਈ ਅਪਰੀਸ਼ੀਏਟ ਕਰੋਗੇ ਡਾਕਟਰ ਸਹਿਮਾਨੂ ਹਾਂਜੀ ਜਰੂਰ ਦੇਖੋ ਹੁਣ ਜਿੱਦਾਂ ਪਰਮਾਤਮਾ ਚਾਹੁੰਦਾ ਆ ਆ ਪੰਜਾਬ ਤੇ ਸ਼ੁਰੂ ਤੋਂ ਸਾਡੀ ਵੀ ਜਨਮਖੁਣੀ ਨਹੀਂ ਰਹੀ ਐ ਤੇ ਜੋ ਸਪੈਸ਼ਲ ਪਿਆਰ ਆ ਕਨੈਕਸ਼ਨ ਐ ਸਦਾ ਵਧੀਆ ਬLESਸ ਕਰੀਦਾ ਵਧੀਆ ਸੋਚੀਦਾ ਪੰਜਾਬ ਲਈ ਕਿ ਗੁੱਡ ਵਿਜ਼ਨ ਵਾਲੇ ਵਿਜ਼ਨਰੀ ਲੀਡਰਸ ਆਉਣ ਅੱਗੇ ਤੈਨੂੰ ਅੱਗੇ ਲਿਜਾਣ ਤੇ ਇਵਨ ਮੋਰਚੇ ਦੇ ਵੀ ਆਈ ਥਿੰਕ ਹੁਣ ਸਕਸੈਸਫੁਲ ਆਊਟਕਮ ਹੋਈ ਆ ਪਰ ਇਹਨੂੰ ਗੁੱਡ ਕਲੋਜ਼ਰ ਮਿਲੇ ਤਾਂਕਿ ਸਾਰੀਆਂ ਮੰਗਾਂ ਪੂਰੀਆਂ ਹੋਣ ਸਾਰੇ ਖੁਸ਼ੀ ਖੁਸ਼ਾਈ ਨਾਲ ਆਪਣੇ ਘਰ ਜਾਣ ਤੇ इवन ਜਿੱਦਾਂ ਡਾਕਟਰ ਸਾਹਿਬ ਸਾਰਿਆਂ ਨੂੰ ਕਹਿ ਰਹੇ ਆ ਕਿ ਸਾਰੇ ਜਿੰਨੇ ਵੀ ਵਾਪਸ ਜਾ ਰਹੇ ਆ ਘਰਾਂ ਨੂੰ ਜੀ ਉਹਨਾਂ ਨੂੰ ਵਧੀਆ ਪ੍ਰਸ਼ੰਸਨਾ ਮਿਲੇ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਿਹਾ ਜਾਵੇ ਉਹਨਾਂ ਲਈ ਵਧੀਆ ਮਾਨ ਸਨਮਾਨ ਕੀਤਾ ਜਾਵੇ ਉਹ ਵੀ ਬਹੁਤ ਜ਼ਰੂਰੀ ਆ ਤਾਂ ਹੀ ਆਈ ਥਿੰਕ ਆਪਣੇ ਬੱਚੇ ਲਰਨ ਕਰਦੇ ਆ ਕਿ ਆ ਅਕਰੇਜੀਅਸ ਹੋਣਾ ਚਾਹੀਦਾ ਆ ਉਹ ਵੈਲਿਊਜ਼ ਹੋਣੀਆਂ ਚਾਹੀਦੀਆਂ ਜੇ ਤੁਸੀਂ ਉਹਨਾਂ ਈ ਡਿਟਰਮੀਨੇਸ਼ਨ ਰੱਖਦੇ ਆ ਯੂ ਕੈਨ ਗੈਟ ਐਨੀਥਿੰਗ ਰਿਜ਼ੋਲਵਡ ਸੋ ਆਈ ਥਿੰਕ ਬੱਚੀ ਬਾਰੇ ਵੀ ਥੋੜਾ ਜਾਣਨਾ ਚਾਹੁੰਨੇ ਆ ਸਾਮਿਆ ਇਧਰ ਦੇਖਿਓ ਤੁਸੀਂ ਆਪਣੇ ਪਾਪਾ ਕੋਲ ਨਹੀਂ ਜਾ ਰਹੇ ਐ ਸੋ ਬੱਚੀ ਬੋਲ ਨਹੀਂ ਰਹੀ ਦਸ਼ਕੋ ਤੁਸੀਂ ਦੇਖ ਸਕਦੇ ਕਿ ਜਦੋਂ ਜਿੱਤ ਹੁੰਦੇ ਜਿੱਤੇ ਦੇ ਝੰਡੇ ਗੱਡੇ ਜਾਂਦੇ ਨੇ ਪਰ ਪਿੱਛੇ ਤੁਸੀਂ ਸਾਡੇ ਜ਼ਰੂਰ ਦੇਖ ਸਕਦੇ ਹੋ ਕਿ ਇੱਕ ਐਦਾ ਦਾ ਬੈਲੂਨਸ ਵੱਡਾ ਲਾਇਆ ਹੋਇਆ ਜਿੱਤ ਦਾ ਨਿਸ਼ਾਨ ਹੈ ਕਹਿੰਦੇ ਕਿ ਜਦੋਂ ਜਿੱਤ ਜਾਂਦੇ ਆ ਤਾਂ ਉਹ ਕਿਤੇ ਨਾ ਕਿਤੇ ਦੂਰੋਂ ਵੀ ਦਿਖਣੀ ਚਾਹੀਦੀ ਆ ਇਸ ਕਰਕੇ ਪਿੱਛੇ ਜਿਹੜਾ ਬੈਲੂਨਸ ਆ ਉਹ ਜਿੱਤ ਦੀ ਕਹਦੇ ਆ ਨਾ ਜਿਹੜੀ ਇੱਕ ਜਿੱਤ ਦਾ ਹੌਸਲਾ ਹੁੰਦਾ ਜਾਂ ਜਿੱਤ ਦਾ ਅਹਿਸਾਸ ਕਰਵਾ ਰਹੀ ਹੈ ਕਿ ਸਾਡੀ ਜਿੱਤ ਹੋਈ ਹੈ ਸੋ ਬਣੇ ਰਿਹਾ ਰੋਜ਼ਾਨਾ ਸਪੋਕਸਮੈਨ ਦੇ ਨਾਲ ਕੈਮਰਾਮੈਨ ਜੰਗਪੀਰ ਦੇ ਨਾਲ ਮੈਂ ਹਰਜੀਤ ਕਾ ਟਿਕਰੀ ਬਾਰਡਰ ਤੇਲੀ